ਪੰਜਾਬ ਵਾਚਦਰ ਟੀਵੀ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਬਾਦਦੇ ਹਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਬੱਲ ਪ੍ਰਸ਼ਟਾ ਨੇਤਾਵਾਂ ਦੀ ਲਿਸਟ ਤਿਆਰ ਛੇਤੀ ਹੋਵੇਗੀ ਕਾਰਵਾਈ ਸੀਐਮ ਮਾਨ ਤਾਂ ਦੋਸਤੋ ਸੰਗਰੂਰ ਲੋਕ ਸਭਾ ਸੀਟ ਦੀ ਜਿਮਣੀ ਚੋਣ ਦੇ ਲਈ ਆਪ ਅਮੀਤਵਾਰਾ ਗੁਰਮੀਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਸੀਐਮ ਭਗਵੰਤ ਮਾਨ ਬੀਰਬਾਰ ਨੂੰ ਬਰਨਾਲਾ ਦੇ ਵਿਧਾਉੜਾ ਪੂਜਯ ਸੰਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਜੇਹੇ ਭ੍ਰਸ਼ਟ ਨੇਤਾਵਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਤੇ ਜਿਨ੍ਹਾਂ ਨੇ ਆਪਣਾ ਖਜ਼ਾਨਾ ਭਰਨ ਦੇ ਲਈ ਸੂਬੇ ਨੂੰ ਲੁੱਟਿਆ ਇਸ ਦਰਾਂ ਉਹਨਾਂ ਨੇ ਲੋਕਾਂ ਨੂੰ ਦੱਸਿਆ ਹੈ ਕਿ ਸਰਕਾਰ ਨੇ ਅਜੇਹੇ ਭ੍ਰਸ਼ਟ ਆਗੂਆਂ ਦੀ ਸੂਚੀ ਤਿਆਰ ਕੀਤੀ ਹੈ ਤੇ ਜਿਨ੍ਹਾਂ ਨੇ ਸਿਰਫ ਆਪਣਾ ਖਜ਼ਾਨਾ ਭਰਿਆ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਈ ਲੋਕਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਡੱਕ ਦਿੱਤਾ ਤੇ ਕੁੱਝ ਲੋਕ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਅਗਨੀਪਾਥ ਯੋਜਨਾ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਇਸ ਸਾਲ ਭਾਰਤੀ ਦੀ ਉਮਰ ਕੀਤੀ 23 ਸਾਲ। ਜੀ ਹਾਂ ਦੋਸਤੋ ਕੇਂਦਰ ਸਰਕਾਰ ਨੇ ਦੋ ਸਾਲਾਂ ਤੋਂ ਕੋਰੋਨਾ ਦੇ ਕਾਰਨ ਫੌਜ ਦੇ ਵਿੱਚ ਭਰਤੀ ਨਾ ਹੋਣ ਦੇ ਕਾਰਨ ਉਮਰ ਪਾਰ ਕਰ ਚੁੱਕੇ ਨੌਜਵਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਅਜਾਹੇ ਨੌਜਵਾਨ ਹੁਣ ਅਗਨੀਪਾਥ ਜੋਇਨਰ ਦੇ ਤਹਿਤ ਫੌਜ ਦੇ ਵਿੱਚ ਭਰਤੀ ਹੋ ਸਕਣਗੇ। ਦਰਸਲ ਸਰਕਾਰ ਨੇ ਇਸ ਸਕੀਮ ਦੇ ਤਹਿਤ ਉਮੀਦਵਾਰਾਂ ਦੀ ਉਮਰ ਸੀਮਾ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ। ਹੁਣ ਤੱਕ ਸਰਕਾਰ ਨੇ ਭਾਰਤੀ ਦੇ ਲਈ ਉਮਰ 17.5 ਸਾਲ ਤੋਂ ਲੈ ਕੇ 21 ਸਾਲ ਤੈਅ ਕੀਤੀ ਸੀ ਹਾਲਾਂਕਿ ਸਰਕਾਰ ਨੇ ਉਮਰ ਦੀ ਇਹ ਸੀਮਾ ਸਿਰਫ ਇਸ ਸਾਲ ਦੇ ਲਈ ਵਧਾਈ ਹੈ ਪਤਾ ਲੱਗਾ ਹੈ ਕਿ ਪਿਛਲੇ 2 ਸਾਲਾਂ ਤੋਂ ਫੌਜ ਦੇ ਵਿੱਚ ਕੋਈ ਭਰਤੀ ਨਹੀਂ ਹੋਈ ਇਸ ਤੇ ਇਸ ਦੇ ਲਈ ਸਰਕਾਰ ਨੇ ਅਗਨੀ ਪਾਥ ਸਕੀਮ ਦੇ ਤਹਿਤ ਫੌਜ ਦੇ ਵਿੱਚ ਭਰਤੀ ਦੀ ਤਿਆਰੀ ਕਰ ਰਹੀ ਹੈ 23 ਸਾਲ ਤੱਕ ਦੇ ਨੌਜਵਾਨਾਂ ਨੂੰ ਇਹ ਮੌਕਾ ਦਿੱਤਾ ਹੈ ਪੰਜਾਬੀ ਵਿਦਿਆਰਥੀ 31 ਜੁਲਾਈ 2022 ਤੋਂ ਨਿਊਜ਼ੀਲੈਂਡ ਦੀ ਯਾਤਰਾ ਕਰਨ ਦੇ ਯੋਗ ਜੀਹਾਂ ਦੋਸਤੋ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਆਪਣੇ ਬਾਰਡਰ ਖੋਲਣ ਦਾ ਫੈਸਲਾ ਕੀਤਾ ਤੇ ਆਉਣ ਵਾਲੀ 31 ਜੁਲਾਈ ਤੋਂ ਨਿਊਜ਼ੀਲੈਂਡ ਪੜਾਈ ਦਾ ਸੁਪਨਾ ਵੇਖ ਰਹੇ ਵਿਦਿਆਰਥੀ ਆਪਣੇ ਇਸ ਸੁਪਨੇ ਨੂੰ ਪੂਰਾ ਕਰ ਸਕਦੇ ਹਨ ਤੁਹਾਨੂੰ ਦੱਸ ਦਿਆ ਕਿ ਨਿਊਜ਼ੀਲੈਂਡ ਮਹਿਜ ਬਾਰਡਰ ਹੀ ਨਹੀਂ ਖੋਲਣ ਜਾ ਰਿਹਾ ਸਗੋਂ ਸਿੱਖਿਆ ਦੇ ਜਰੀਏ ਨਿਵਾਸ ਦੇ ਵਕ-ਵਕ ਰਸਤੇ ਵੀ ਖੋਲਣ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਕਤਲकांड ਮਰਡਰ ਤੋਂ ਪਹਿਲਾ ਬੁਲੇਟ ਪ੍ਰੂਫ ਗੱਡੀ ਦੀ ਵੀ ਜਲੰਧਰ ਤੋਂ ਕੀਤੀ ਗਈ ਸੀ ਰੇਕੀ ਤਾਂ ਦੋਸਤੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਸੂਤਰਾਂ ਦੇ ਮਤਾਬਕ ਪੰਜਾਬ ਪੁਲਿਸ ਦੀ ਐਸਆਈਟੀ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਸ ਦੀ ਬੁਲੇਟ ਪ੍ਰੂਫ ਗੱਡੀ ਦੀ ਵੀ ਰੇਕੀ ਕੀਤੀ ਗਈ ਸੀ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸ਼ੂਟਰਾਂ ਨੇ ਜਲੰਧਰ ਜਾ ਕੇ ਇਹ ਪਤਾ ਲਗਵਾਇਆ ਸੀ ਕਿ ਸਿੱਧੂ ਮੂਸੇਵਾਲ ਦੀ ਕਾਰ ਦੇ ਕਿੰਨੇ ਐਮਐਮ ਦੇ ਹਨ ਅਤੇ ਉਸ ਦੀ ਬੁਲੇਟ ਪ੍ਰੂਫ ਕਾਰ ਦੇ ਪਿਛਲੇ ਪਾਸੇ ਬਾਕਸ ਹੈ ਜਾਂ ਨਹੀਂ ਅਸਲ ਦੇ ਵਿੱਚ ਬੁਲੇਟ ਪ੍ਰੂਫ ਗੱਡੀ ਜਲੰਧਰ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਤੇ ਮੂਸੇਵਾਲ ਦੀ ਗੱਡੀ ਵੀ ਉੱਥੇ ਹੀ ਤਿਆਰ ਕੀਤੀ ਗਈ ਸੀ ਕਤਲ ਤੋਂ ਪਹਿਲਾਂ ਬੁਲੇਟ ਪ੍ਰੂਫ ਪਲਾਨ ਬਣਾਇਆ ਗਿਆ ਸੀ ਤੇ ਇਹ ਗੱਲ ਦਿੱਲੀ ਪੁਲਿਸ ਦੀ ਜਾਂਚ ਟੀਮ ਦੇ ਵਿੱਚ ਸਾਹਮਣੇ ਆਈ ਅਤੇ ਪੰਜਾਬ ਪੁਲਿਸ BSIT ਦੇ ਸੂਤਰਾ ਨੇ ਇਹ ਜਾਣਕਾਰੀ ਦਿੱਤੀ ਹੈ ਮੌਸਮ ਦਾ ਬਦਲਦਾ ਮਜਾਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਿहां ਦੋਸਤੋ ਕਹਿਰ ਭਰੌਂਦੀ ਗਰਮੀ ਤੋਂ ਹੁਣ ਲੋਕਾਂ ਨੂੰ ਛੇਤੀ ਹੀ ਰਾਹਤ ਮਿਲ ਸਕਦੀ ਹੈ ਮੌਸਮਾ ਵਿਭਾਗ ਦੇ ਮਾਹਿਰਾਂ ਨੇ ਜੋ ਜਾਣਕਾਰੀ ਦਿੱਤੀ ਹੈ ਉਹਦੇ ਮੁਤਾਬਕ 40 mm ਤੱਕ ਮੀਂਹ ਪੈਣ ਦੀ ਪਸ਼ੀਨਗੋਈ ਕੀਤੀ ਹੈ ਮਾਹਿਰਾਂ ਦੇ ਮੁਤਾਬਕ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲਣੀਆਂ ਗਰਮੀ ਦੇ ਕਹਿਰ ਦੇ ਕਾਰਨ ਬੇਸਹਾਰਾ ਲੋਕਾਂ ਦਾ ਜਿਉਣਾ ਦੁਬੜ ਹੋਇਆ ਪਿਆ ਹੈ ਗਰਮੀ ਦੇ ਕਾਰਨ ਮੌਸਮੀ ਬਿਮਾਰੀਆਂ ਦਾ ਵੀ ਵਾਧਾ ਹੋਇਆ ਬੱਚੇ ਅਤੇ ਬਜ਼ੁਰਗ ਗਰਮੀ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ ਸਭ ਨੂੰ ਮੀਂਹ ਦੀ ਉਡੀਕਾ ਜੋ ਕਿ ਹੁਣ ਅੱਜ ਕੱਲ ਦੇ ਵਿੱਚ ਪੂਰੀ ਹੁੰਦੀ ਸੰਭਾਵਨਾ ਹੈ ਤੇ ਮੌਸਮ ਵਿਗਿਆਨੀ ਡਾਕਟਰ ਜਗਦੀਸ਼ ਗਰੂਵਨ ਨੇ ਦੱਸਿਆ ਹੈ ਕਿ ਗਰਮੀ ਦੇ ਕਾਰਨ ਖੁਸ਼ਕ ਹੋਏ ਮੌਸਮ ਦੇ ਵਿੱਚ ਜਿੱਥੇ ਨਰਮੇ ਨੂੰ ਚਿੱਟਾ ਮੱਛਰ ਪੈ ਰਿਹਾ ਤੇ ਉੱਥੇ ਸਬਜ਼ੀਆਂ ਆਦ ਵੀ ਤਬਾਹ ਹੋਣ ਲੱਗੀਆਂ ਹਨ ਹੁਣ ਜਦੋਂ ਮੀਂਹ ਦੀ ਆਮਦ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੀ ਹੈ ਤਾਂ ਫਸਲਾਂ ਨੂੰ ਵੀ ਹੁਲਾਰਾ ਮਿਲੇਗਾ ਤੇ ਮਨੁੱਖੀ ਜਨਜੀਵਨ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ ਮੌਸਮ ਵਿਭਾਗ ਦੇ ਅਨੁਸਾਰ ਜ਼ਿਲ੍ਹਾ ਬਠਿੰਡਾ ਲੁਧਿਆਣਾ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਜਲੰਧਰ ਅੰਮ੍ਰਿਤਸਰ ਨਮਾ ਸ਼ਹਿਰ ਹੁਸ਼ਿਆਰਪੁਰ ਮੋਹਾਲੀ ਅਤੇ ਕਪੂਰਥਲਾ ਦੇ ਨੇੜਲੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਭਾਰੀ ਬਰਸਾਤ ਦੀ ਚੇਤਾਵਨੀ ਦੇ ਚੱਲਦਿਆਂ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਵੀ ਫਸਲਾਂ ਦਾ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਹੈ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਦਾ ਕੀਤਾ ਕਿਰਾਉ ਜੀ ਹਾਂ ਦੋਸਤੋ ਪਿਛਲੇ ਲੰਬੇ ਸਮੇਂ ਤੋਂ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ਕਾਂ ਦੇ ਬੇਰੋਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਦੇ ਵੱਲੋਂ ਕੱਲ ਬੀਐਸਐਨਲ ਪਾਰਕ ਵਿਖੇ ਸਵੇਰ ਪਧਰੀ ਇਕੱਠ ਕੀਤਾ ਗਿਆ ਤੇ ਜਹਦਰਨ ਸੈਂਕੜੇ ਦੀ ਗਿਣਤੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਬੇਰੋਜ਼ਗਾਰ ਅਧਿਆਪਕ ਸੰਗਰੂਰ ਪਹੁੰਚੇ ਤੇ ਆਤਰੀ ਗਰਮੀ ਦੇ ਵਿੱਚ ਬੇਰੋਜ਼ਗਾਰ ਅਧਿਆਪਕਾਂ ਦੇ ਵੱਲੋਂ ਮਾਰਚ ਸ਼ੁਰੂ ਕੀਤਾ ਗਿਆ ਤੇ ਬੇਰੋਜ਼ਗਾਰ ਅਧਿਆਪਕ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਜਦੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣਾਂ ਦੇ ਦੌਰਾਨ ਬਣਾਏ ਗਏ ਮੁੱਖ ਦਫ਼ਤਰ ਦੇ ਕੋਲ ਪਹੁੰਚੇ ਤਾਂ ਭਾਰੀ ਪੁਲਿਸ ਬਾੜ ਲਗਾ ਕੇ ਬੇਰੋਜ਼ਗਾਰ ਅਧਿਆਪਕਾਂ ਨੂੰ ਰੋਕਿਆ ਗਿਆ ਤੇ ਜਦੋਂ ਬੇਰੋਜ਼ਗਾਰ ਅਧਿਆਪਕ ਅੱਗੇ ਵਧਣ ਲੱਗੇ ਤਾਂ ਪੁਲਿਸ ਦੇ ਨਾਲ ਤਾਂ ਕਮਕੀ ਹੋਈ ਜਿਸ ਤੋਂ ਬਾਅਦ ਬੇਰੋਜ਼ਗਾਰ ਅਧਿਆਪਕਾਂ ਦੇ ਵੱਲੋਂ ਨਾਨਾ ਕਿਆਣਾ ਚੌਂਕ ਤੇ ਜਾਮ ਲਗਾਇਆ ਗਿਆ ਆਪ ਨੂੰ ਵੱਡਾ ਝਟਕਾ ਸ਼ਾਮਲਾਟ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ 70 ਪਰਿਵਾਰਾਂ ਨੂੰ ਰਾਹਤ ਅਦਾਲਤ ਦੇ ਵੱਲੋਂ ਸਟੇ ਜੀ ਆਂ ਦੋਸਤੋ ਮੁਲਾਪੁਰ ਸਮੇਤ ਮਹਾਲੀ ਜ਼ਿਲ੍ਹੇ ਦੇ 7 ਪਿੰਡਾਂ ਦੇ 70 ਪਰਿਵਾਰਾਂ ਦੇ ਹਜ਼ਾਰ ਤੋਂ ਵੱਧ ਪਿੰਡ ਵਾਸੀਆਂ ਦੇ 110 ਸਾਲਾਂ ਤੋਂ ਤਬਾਹੀ ਦੀ ਤਲਵਾਰ ਲਟਕ ਰਹੀ ਹੈ ਖੇਤੀ ਅਦਾਲਤ ਦੇ ਵਿੱਚ ਕੇਸ ਹੁੰਦੇ باوجود ਏਡੀਸੀ ਮਹਾਲੀ ਦੇ ਵੱਲੋਂ ਦਿੱਤੇ ਨੋਟਿਸ ਦੇ ਖਿਲਾਫ ਸਟੇ ਮਿਲ ਗਿਆ ਹੈ ਪੰਕਜ ਭਾਰਤਵਾਜ ਸੀਨੀਅਰ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਇਲਾਕੇ ਦੇ ਸਮੁੱਚੇ ਲੋਕ ਭਗਵੰਤਾਨ ਦੀ ਅਗਵਾਈ ਹੇਟਰ ਸਰਕਾਰ ਦੀ ਇਸ ਲਾਪਰਵਾਹੀ ਵਾਲੀ ਖਰਬਾਈ ਦਾ ਸਖਤ ਵਿਰੋਧ ਕਰ ਰਹੇ ਸਨ ਭਾਰਤ ਦੇ ਵਿੱਚ ਕਰੋਨਾ ਮਾਮਲੇ ਦੇ ਵਿੱਚ ਵੱਡਾ ਵਿਸ਼ਾਲ 24 ਘੰਟਿਆਂ ਦੇ ਵਿੱਚ 12213 ਨਵੇਂ ਮਾਮਲੇ 58000 ਤੋਂ ਬਾਅਦ ਐਕਟਿਵ ਮਰੀਜ਼ ਤਾਂ ਦੋਸਤੋ ਭਾਰਤ ਦੇ ਵਿੱਚ ਕਰੋਨਾ ਦੇ ਮਾਮਲੇ ਦੇ ਵਿੱਚ ਵੱਡਾ ਵਿਸ਼ਾਲ ਆ ਤੇ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਦੇ 12000 ਤੋਂ ਬਾਅਦ ਮਾਮਲੇ ਸਾਹਮਣੇ ਆਏ ਤੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਕਰੋਨਾ ਦੇ 12213 ਨਵੇਂ ਮਾਮਲੇ ਸਾਹਮਣੇ ਆਏ ਹੰਤੇ ਜਦੋਂ ਕਿ ਕੱਲ ਬੁੱਧਵਾਰ ਨੂੰ 8822 ਮਾਮਲੇ ਸਾਹਮਣੇ ਆਏ ਸੰਤੇ ਮਤਰਾਲੇ ਨੇ ਕਿਹਾ ਹੈ ਕਿ ਇਸ ਦੌਰਾਨ 11 ਲੋਕਾਂ ਦੀ ਮੌਤ ਵੀ ਹੋਈ ਹੈ Jio ਨੇ ਗਾਹਕਾਂ ਨੂੰ ਦਿੱਤਾ ਝਟਕਾ 20% ਤੱਕ ਮਹਿੰਗੇ ਕੀਤੇ ਪਲਾਨ ਜਾਣੋ ਨਵੀਆਂ ਕੀਮਤਾਂ ਜੀहां ਦੋਸਤੋ ਰੇਲੈਂਸ Jio ਨੇ ਇੱਕ ਵਾਰ ਫਿਰ ਤੋਂ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਦੋ ਹੋਰ ਪ੍ਰੀਪੇਡ ਆ ਪਲਾਨ ਵੀ ਮਹਿੰਗੇ ਕਰ ਦਿੱਤੇ ਹਨ ਤੇ ਕੰਪਨੀ ਨੇ Jio ਫੋਨ ਗਾਹਕਾਂ ਨੂੰ ਮਿਲਣ ਵਾਲੇ ਇੰਟਰੋਡਕਟਰੀ ਆਫਰ ਨੂੰ ਵੀ ਬੰਦ ਕਰ ਦਿੱਤਾ ਤੇ ਟੈਲੀਕਮ ਕੰਪਨੀ ਨੇ ਆਪਣੇ ਪਲਾਨਾਂ ਦੀਆਂ ਕੀਮਤਾਂ ਦੇ ਵਿੱਚ 20% ਤੱਕ ਵਾਧਾ ਕੀਤਾ ਹੈ ਇਸ ਤੋਂ ਪਹਿਲਾਂ ਬ੍ਰਾਂਡ ਨੇ 749 ਰੁਪਏ ਦੇ ਵਿੱਚ ਆਉਣ ਵਾਲੇ Jio ਫੋਨ ਪਲਾਨ ਨੂੰ ਵੀ ਬੰਦ ਕਰ ਦਿੱਤਾ ਸੀ। ਇਸੇ ਥਾਂ ਤੇ ਨਵਾਂ ਪਲਾਨ ਜਾਰੀ ਕੀਤਾ ਹੈ ਤੇ ਜੋ ਕੀਮਤ ਦੇ ਵਿੱਚ ਜ਼ਿਆਦਾ ਤੇ ਫਾਇਦੇ ਪਹਿਲਾਂ ਨਾਲੋਂ ਘੱਟ ਹਨ ਤੇ ਕੰਪਨੀ ਦੀ ਮੰਨੀਏ ਤਾਂ ਇਹ ਸਾਰੇ ਪਲਾਨ ਇੰਟਰੋਡਕਟਰੀ ਆਫਰ ਸਨ ਜੋ ਕਿ ਹੁਣ ਖਤਮ ਹੋ ਗਏ ਹਨ ਤੇ Jio ਫੋਨ ਦਾ 155 ਰੁਪਏ ਦੇ ਵਿੱਚ ਆਉਣ ਵਾਲਾ ਰੀਚਾਰਜ ਹੁਣ 186 ਰੁਪਏ ਦਾ ਹੋ ਗਿਆ ਹੈ। ਐਸਾ ਪਲਾਨ ਦੇ ਵਿੱਚ ਗਾਹਕਾਂ ਨੂੰ 28 ਦਿਨਾਂ ਦੀ ਮਿਆਦ ਮਿਲੇਗੀ ਤੇ ਉੱਤੇ ਹੀ 185 ਰੁਪਏ ਦਾ ਪਲਾਨ ਹੁਣ 200 22 ਰੁਪਏ ਦਾ ਹੋ ਗਿਆ ਹੈ ਤੇ ਇਸ ਪਲਾਨ ਦੇ ਵਿੱਚ ਵੀ ਗਾਹਕਾਂ ਨੂੰ 28 ਦਿਨਾਂ ਦੀ ਹੀ ਮਿਆਦ ਮਿਲਦੀ ਹੈ ਤੇ ਹਾਲ ਹੀ ਦੇ ਵਿੱਚ ਕੰਪਨੀ ਨੇ 749 ਰੁਪਏ ਦੇ ਪਲਾਨ ਦੀ ਕੀਮਤ 899 ਰੁਪਏ ਕਰ ਦਿੱਤੀ ਹੈ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਦੇ ਵਿੱਚ 15 ਰੁਪਏ ਤੱਕ ਦੀ ਕਟੌਤੀ ਸੋਨੇ ਤੇ ਚਾਂਦੀ ਦੀਆਂ ਬੇਸ ਕੀਮਤਾਂ ਦੇ ਵਿੱਚ ਵੀ ਕਟੌਤੀ ਤਾਂ ਦੋਸਤੋ ਬ੍ਰਾਂਡਡ ਪਾਮ ਆਇਲ ਸੂਰਜਮੁਖੀ ਅਤੇ ਸੋਇਆਬੀਨਾਂ ਤੇਲ ਦੀਆਂ ਕੀਮਤਾਂ ਦੇ ਵਿੱਚ 15 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਗਿਆ ਕਿਉਂਕਿ ਅੰਤਰਰਾਸ਼ਟਰੀ ਕੀਮਤਾਂ ਦੇ ਵਿੱਚ ਨਾਰਮੀਆ ਅਤੇ ਪਾਮ ਆਇਲ ਦੀ ਕੀਮਤਾਂ ਦੇ ਵਿੱਚ 7 ਤੋਂ 8 ਰੁਪਏ ਪ੍ਰਤੀ ਲੀਟਰ ਦੀ ਗਿਰਾਵਟ ਦਰਜ ਕੀਤੀ ਗਿਆ ਜਦ ਕਿ ਸੂਰਜਮੁਖੀ ਦੇ ਤੇਲ ਦੀਆਂ ਕੀਮਤਾਂ ਦੇ ਵਿੱਚ 10 ਤੋਂ ਲੈ ਕੇ 15 ਰੁਪਏ ਪ੍ਰਤੀ ਲੀਟਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਸੋਇਆਬੀਨਾਂ ਤੇਲ ਦੀਆਂ ਕੀਮਤਾਂ ਦੇ ਵਿੱਚ 5 ਰੁਪਏ ਪ੍ਰਤੀ ਲੀਟਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਵਿੱਚ ਕਲਰਕਾਂ ਦੀਆਂ ਬੰਪਰ ਸਾਮੀਆਂ ਤੇ ਅਪਲਾਈ ਕਰਨ ਦਾ ਅੱਜ ਆਖਰੀ ਮੌਕਾ ਐਸ ਵੈਬਸਾਈਟ ਤੋਂ ਕਰਵਾ ਅਪਲਾਈ ਜੀ ਹਾਂ ਦੋਸਤੋ ਪੰਜਾਬ ਸਬਾਰਡੀਨੇਟ ਸਰਵਿਸ ਸਿলেকਸ਼ਨ ਬੋਰਡ ਨੇ ਕੁਝ ਸਮਾਂ ਪਹਿਲਾਂ ਕਲਰਕ ਕੰਮ ਡਾਟਾ ਆਪਰੇਟਰ ਦੀਆਂ ਸਾਮੀਆਂ ਦੇ ਲਈ ਬੰਪਰ ਭਰਤੀ ਕੀਤੀ ਸੀ ਇਹਨਾਂ ਸਾਮੀਆਂ ਦੇ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਹੁਣ ਅਪਲਾਈ ਕਰਨ ਦੀ ਆਖਰੀ ਮਿਤੀ ਵੀ ਆ ਗਈ ਹੈ ਇਹਦੇ ਲਈ ਯੋਗ ਹੋਣ ਦੇ ਬਾਵਜੂਦ ਜੇਕਰ ਤੁਸੀਂ ਕਿਸੇ ਕਾਰਨ ਕਰਕੇ ਹਜੇ ਤੱਕ ਅਪਲਾਈ ਨਹੀਂ ਕੀਤਾ ਤਾਂ ਤੁਹਾਡੇ ਲਈ ਆਖਰੀ ਮੌਕਾ ਹੈ ਪੀ ਟ੍ਰਿਪਲ ਐਸਬੀ ਦੀਆਂ ਇਹਨਾਂ ਸਾਮੀਆਂ ਦੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 15 ਜੂਨ 2022 ਤੋਂ ਬਾਅਦ ਬਦਬਾਰਾ ਬਦਬਾਰਤੂਬਾਰ ਇਹ ਸਾਮੀਆਂ ਦੀ ਪ੍ਰਕਿਰਿਆ ਬੰਦ ਹੋ ਜਾਵੇਗੀ। ਨਿਤਾਨਾ ਗੱਟਕਰੀ ਦਾ ਐਲਾਨ ਸੜਕ ਤੇ ਖੜੀ ਗੱਡੀ ਦੀ ਫੋਟੋ ਭੇਜਣ ਵਾਲੇ ਨੂੰ ਮਿਲੇਗਾ ਇਨਾਮ, ਮਾਲਕ ਨੂੰ ਲੱਗੇਗਾ ਜੁਰਮਾਨਾ। ਤਾਂ ਦੋਸਤੋ ਜੇਕਰ ਕੋਈ ਵੀ ਵਿਅਕਤੀ ਸੜਕ ਤੇ ਗਲਤ ਤਰੀਕੇ ਦੇ ਨਾਲ ਪਾਰਕ ਕੀਤੇ ਵਾਹਨ ਦੀ ਫੋਟੋ ਭੇਜਦਾ ਹੈ ਤਾਂ ਉਸ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਸਰਕਾਰ ਜਲਦ ਹੀ ਅਜਿਹਾ ਕਾਨੂੰਨ ਲਿਆਉਣ ਜਾ ਰਹੀ ਹੈ ਤੇ ਜਿਹਦੇ ਵਿੱਚ ਗਲਤ ਪਾਰਕਿੰਗ ਕਰਨ ਵਾਲੇ ਵਾਹਨ ਮਾਲਕ ਨੂੰ 1000 ਰੁਪਏ ਜੁਰਮਾਨਾ ਭਰਨਾ ਪਵੇਗਾ। ਕੇਂਦਰੀ ਸੜਕ ਆਭਜਈ ਅਤੇ ਰਾਜਮਾਰਗ ਮੰਤਰੀ ਨਿਤਨਾ ਗੜਕਰੀ ਨੇ ਬੀਰਬਾ ਨੂੰ ਇਹ ਜਾਣਕਾਰੀ ਦਿੱਤੀ ਦਿੱਲੀ ਦੇ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਨਿਤਨਾ ਗੜਕਰੀ ਨੇ ਕਿਹਾ ਹੈ ਕਿ ਉਹ ਸੜਕ ਤੇ ਗਲਤ ਢੰਗ ਦੇ ਨਾਲ ਪਾਰਕ ਕੀਤੇ ਵਾਹਨ ਦੇ ਰੁਝਾਨ ਨੂੰ ਰੋਕਣ ਦੇ ਲਈ ਨਵਾਂ ਕਾਨੂੰਨ ਲਿਆਉਣ ਤੇ ਵਿਚਾਰ ਕਰ ਰਹੇ ਹਨ ਸਰਕਾਰ ਫ੍ਰੀ ਟਾਇਲਟ ਬਣਾਉਣ ਦੇ ਲਈ ਪੈਸੇ ਦੇ ਰਹੀ ਹੈ ਇਸ ਤਰ੍ਹਾਂ ਕਰੋ ਅਪਲਾਈ ਜੀहां ਦੋਸਤੋ ਸਵੱਛ ਭਾਰਤ ਅਭਿਆਨ ਦੀ ਪਾਲਣਾ ਕਰਨ ਦੇ ਲਈ ਸਾਨੂੰ ਸਿਰਫ ਆਪਣੇ ਆਲੇ-ਦੁਆਲੇ ਹੀ ਨਹੀਂ ਸਗੋਂ ਪਖਾਨੇ ਸਮੇਤ ਹਰ ਜਗ੍ਹਾ ਸਾਫ ਸਪਾਈ ਰੱਖਣ ਦੀ ਲੋੜ ਹੈ ਤੇ ਅਜਿਹੇ ਦੇ ਵਿੱਚ ਜਿਹੜੇ ਲੋਕ ਹੈ ਟਾਇਲਟ ਬਣਾਉਣ ਦੇ ਲਈ ਆਨਲਾਈਨ ਅਪਲਾਈ ਕਰਨਾ ਚਾਹੁੰਦੇ ਹਨ ਤੇ ਉਹਨਾਂ ਨੂੰ ਇਸ ਦਾ ਲੇਖ ਨੂੰ ਅੰਤ ਤੱਕ ਜਰੂਰ ਸੁਣਨਾ ਚਾਹੀਦਾ ਹੈ ਦੇਸ਼ ਦੇ ਵਿੱਚ ਸਵੱਛ ਭਾਰਤ ਅਭਿਆਨ ਬਾਰੇ ਜਾਗਰੂਕਤਾ ਤੇਜ਼ੀ ਦੇ ਨਾਲ ਵਧ ਰਹੀ ਹੈ ਤੇ ਅਜਿਹੇ ਦੇ ਵਿੱਚ ਟਾਇਲਟ ਬਣਾਉਣਾ ਵੀ ਐਸਾ ਮਹਿੰਮ ਦਾ ਅਹਿਮ ਹਿੱਸਾ ਹੈ ਐਸਾ ਸਾਧਰਾਪ ਦੇ ਵਿੱਚ ਕੇਂਦਰ ਸਰਕਾਰ ਨੇ ਹਰ ਘਰ ਦੇ ਵਿੱਚ ਟਾਇਲਟ ਬਣਾਉਣ ਦੇ ਲਈ ਐਸਾ ਯੋਜਨਾ ਦੇ ਤਹਿਤ ਕਈ ਕਦਮ ਚੁੱਕੇ ਹਨ ਸਰਕਾਰ ਨੇ 2 ਅਕਤੂਬਰ 2014 ਤੋਂ ਸੁਵਾਸਥ ਭਾਰਤ ਮਿਸ਼ਨ ਗ੍ਰਾਮੀਨ ਐਸ ਬੀ ਐਮ ਦੀ ਸ਼ੁਰੂਆਤ ਕੀਤੀ ਜਿਸ ਦਾ ਮੁੱਖ ਉਦੇਸ਼ 2 ਅਕਤੂਬਰ 2019 ਤੱਕ ਸਾਰੇ ਪਿੰਡੂ ਘਰਾਂ ਦੇ ਵਿੱਚ ਪਖਾਨੇ ਦੇ ਨਾਲ ਦੇਹ ਦੇ ਪਿੰਡੂ ਖੇਤਰਾ ਨੂੰ ਖੁੱਲੇ ਦੇ ਵਿੱਚ ਸੌਚ ਤੋਂ ਮੁਕਤ ਬਣਾਉਣਾ ਸੀ ਤੇ ਐਸ ਬੀ ਐਮ ਦੇ ਤਹਿਤ ਦੇਹ ਦੇ ਵਿੱਚ ਲਗਭਗ 10.9 ਕਰੋੜ ਵਿਅਕਤੀਗਤ ਤੱਕ ਢੀਲੂ ਪਖਾਨੇ ਬਣਾਏ ਗਏ ਹਨ ਕਿਉਂਕਿ ਸਵਸਥਾ ਸਾਰੇ ਸੂਬਿਆਂ ਦਾ ਮੌਕਾ ਬੇਸਹਾ ਹੈ ਤੇ ਇਹਦੇ ਲਈ ਸੂਬਾ ਸਰਕਾਰਾਂ ਦੇ ਵੱਲੋਂ ਐਸਬੀਐਮਐਸ ਸਾਧਰਾਪ ਦੇ ਵਿੱਚ ਭਾਰਤ ਸਰਕਾਰ ਸੂਬਿਆਂ ਨੂੰ ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਤੇ ਦਿਸ਼ਾ ਨਿਰਦੇਸ਼ ਜਾਰੀ ਕਰਦੀ ਹੈ ਤੇ ਐਸਬੀਐਮ ਦੇ ਤਹਿਤ ਹੱਥ ਧੋਣਾ ਟਾਇਲਟ ਦੀ ਸਫਾਈ ਦੇ ਲਈ ਪਾਣੀ ਸਟੋਰੇਜ ਸਹੂਲਤ ਪ੍ਰਦਾਨ ਕਰਨ ਦੇ ਲਈ ਆਈ ਡਬਲਯੂ ਐਚ ਐਲ ਐਸ ਦੇ ਨਿਰਮਾਣ ਦੇ ਲਈ ਪ੍ਰੋਤਸ਼ਾਹਨ 10000 ਰੁਪਏ ਤੋਂ ਵਧਾ ਕੇ 12000 ਰੁਪਏ ਕਰ ਦਿੱਤਾ ਗਿਆ ਹੈ ਜੇਕਰ ਤੁਸੀਂ ਮੁਫਤ ਟਾਇਲਟ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਨਲਾਈਨ ਅਪਲਾਈ ਕਰਨ ਦੇ ਲਈ ਉਹਨਾਂ ਦੀ ਅਧਿਕਾਰਤ ਵੈੱਬਸਾਈਟ sbm.gov.in ਤੇ ਜਾਣਾ ਹੋਵੇਗਾ ਜੇਕਰ ਤੁਸੀਂ ਆਨਲਾਈਨ ਅਪਲਾਈ ਕਰਨ ਦੇ ਯੋਗ ਨਹੀਂ ਹੋ ਤਾਂ ਤੁਹਾਨੂੰ ਆਪਣੀ ಗ್ರಾಮ ਪੰਚਾਇਤ ਦੇ ಗ್ರಾಮ ਪ੍ਰਧਾਨ ਦੇ ਕੋਲ ਜਾਣਾ ਪਵੇਗਾ ਜਿਸ ਤੋਂ ਬਾਅਦ ਤੁਹਾਨੂੰ ਪਿੰਡ ਦੇ ਮੁਖੀ ਦੁਆਰਾ ਰਜਿਸਟ੍ਰੇਸ਼ਨ ਆਫ ਫਾਰਮ ਭਰਨਾ ਹੋਵੇਗਾ ਤੇ ਜਿਸ ਤੋਂ ਬਾਅਦ ਤੁਹਾਨੂੰ ਕੁਝ ਹੀ ਸਮੇਂ ਦੇ ਵਿੱਚ ਟਾਇਲਟ ਗ੍ਰਾਮ ਸਕੀਮ ਦਾ ਲਾਭ ਮਿਲੇਗਾ